ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਜੁੜੇ ਹੋ ਅਣਖ ਦੇ ਨਾਲ। ਤੇ ਅੱਜ ਆਪਾਂ ਪਹੁੰਚੇ ਆ ਮਾਲਵਾ ਬੈਲਟ ਜ਼ਿਲ੍ਹਾ ਬਠਿੰਡਾ ਦੇ ਪਿੰਡ ਬੰਗੀ ਰੁਗੂ। ਤੇ ਇੱਥੇ ਬਾਈ ਨੇ ਸਿੰਪਲ ਟਰੈਕਟਰ ਆ 2009 ਮਾਡਲ ਤੇ ਪਾਵਰ ਸਟੀਅਰਿੰਗ ਕਰਾਇਆ। ਤੇ ਅੱਜ ਗੱਲਬਾਤ ਕਰਦੇ ਆ, ਪੂਰੀ ਜਾਣਕਾਰੀ ਦੇਵਾਂਗੇ ਕਿੱਥੋਂ ਕਰਾਇਆ, ਕਿੰਨਾ ਖਰਚਾ ਆ ਗਿਆ ਤੇ ਕਿਵੇਂ ਚਲਾਈ 'ਚ ਕਿਵੇਂ ਹੈ, ਕੀ ਗੱਲਬਾਤ ਬਣੀ ਹੈ। ਆਇਓ ਤੁਹਾਡੇ ਨਾਲ ਪੂਰੀ ਗੱਲਬਾਤ ਕਰਾਉਣੀ ਹੈ, ਬਣੇ ਰਹੋ ਅਣਖ ਦੇ ਨਾਲ। ਹਾਂਜੀ, ਆਇਓ ਕਰਦੇ ਹਾਂ ਗੱਲਬਾਤ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਬਾਈ। ਕੀ ਨਾਮ ਬਾਈ ਆਪਣਾ? ਮਨਦੀਪ ਸਿੰਘ ਬਾਈ। ਅਤੇ ਪਿੰਡ? ਬੰਗੀ ਰੁਗੂ, ਜ਼ਿਲ੍ਹਾ ਬਠਿੰਡਾ, ਤਹਿਸੀਲ ਤਲਵੰਡੀ ਸਾਬੋ। ਠੀਕ ਹੈ ਜੀ। ਕੀ ਕਿਰਾਇਆ ਟਰੈਕਟਰ ਦਾ? ਪਾਵਰ ਕਰਾਇਆ ਬਾਈ ਟਰੈਕਟਰ ਆਪਾਂ। ਅੱਛਾ, ਕਿਹੜਾ ਮਾਡਲ ਆ ਇਹ? 2009 ਮਾਡਲ ਆ ਬਾਈ ਰਿਜਨਲ। ਨਾਲ ਦਾ ਇਹ ਪੰਪ ਹੈਗਾ ਅਤੇ ਨਾਲ ਦਾ ਇੰਜਨ ਆ। ਇਕੱਲਾ ਪਾਵਰ ਕਰਾਇਆ। ਪਾਵਰ ਕਰਾਇਆ? ਹਾਂ ਹਾਂ, ਪਹਿਲਾਂ ਪਾਵਰ ਹੈ ਨਹੀਂ ਸਾਦਾ ਸੀ। ਕੀ ਕੁਛ ਬਦਲਤਾ ਇਹਦਾ ਹੁਣ? ਪਾਵਰ ਬਾਈ ਹੁਣ ਸਾਰਾ ਰਿਜਨਲ ਸਮਾਨ ਲਾਇਆ, ਜਿਹੜਾ ਕੰਪਨੀ ਵੱਲੋਂ ਆਉਂਦਾ ਹੁਣ ਵਾਲੇ ਟਰੈਕਟਰ 23 ਮਾਡਲ ਦੇ ਜਿਹੜਾ ਸਵਰਾਜ ਦੇ ਆਉਂਦਾ ਹੁਣ, ਉਹ ਲਾਇਆ। ਨਾਲ ਤਾਂ ਹਿੱਸਾ ਬਦਲਿਆ ਬਾਈ ਇਹਦਾ, ਹਿੱਸਾ ਬਦਲਿਆ ਗਿਆ, ਸਟੇਅਰਿੰਗ ਬਦਲਿਆ ਗਿਆ ਬਾਈ, ਸਾਰਾ ਸਮਾਨ ਹੀ A to Z ਹੀ ਬਦਲਿਆ ਗਿਆ। ਮੰਨ ਕੇ ਚੱਲੋ ਵੀ ਜਿਹੜਾ 23 ਮਾਡਲ ਦੇ ਨਾਲ ਆਉਂਦਾ ਉਹੀ ਲਾਇਆ ਆਪਾਂ ਸਵਰਾਜ ਦੇ। ਠੀਕ ਹੈ। ਮਾੜਾ ਜਿਹਾ ਕੋਈ ਦੱਸ ਦਿਓ ਆਪਣੇ ਦਰਸ਼ਕਾਂ ਨੂੰ ਕਿਹੜਾ ਕਿਹੜਾ ਸਮਾਨ ਬਦਲਿਆ ਇਹ 'ਚ? ਇੱਕ ਤਾਂ ਹਿੱਸਾ ਬਦਲਣਾ ਪੈ ਗਿਆ ਬਾਈ ਆਪਾਂ ਨੂੰ, ਇੱਕ ਪੰਪ ਲਾਉਣਾ ਪੈ ਗਿਆ, A to Z ਸਾਰੇ ਬਦਲਿਆ, ਸਾਰਾ ਹੀ ਨਵਾਂ ਲਾਇਆ ਬਾਈ, ਸਾਰੇ A to Z। ਇੱਕ ਟਰਮੀਡੋਲ ਆ, ਮੋਟਰ ਲਾਈ ਆ ਆਪਣੀ ਇਹਦੇ ਵਾਲੀ, ਸਟੇਅਰਿੰਗ ਵਾਲੀ, ਸਟੇਅਰਿੰਗ ਵਾਲੀ। ਹਾਂ ਹਾਂ ਹਾਂ। ਇੱਕ ਇੱਧਰਲੇ ਬਾਈ ਪੰਪ ਆ, ਡਬਲ ਕਰਨਾ ਪੈਂਦਾ ਬਾਈ, ਪੰਪ ਡਬਲ ਕਰਨਾ ਪਿਆ ਗਾ। ਪਹਿਲਾਂ ਸਿੰਗਲ ਪੰਪ ਸੀ, ਹੁਣ ਡਬਲ ਕਰਨਾ ਪਿਆ। ਇੱਕ ਆਹ ਪਲੇਟ ਬਦਲਣੀ ਪਈ ਆ, ਚੈਂਬਰ ਵਾਲੀ ਪਲੇਟ ਵੱਜਦੀ ਆ ਇਹ, ਚੈਂਬਰ ਪਲੇਟ। ਹਾਂ, ਇਹ ਬਦਲਣੀ ਪਈ ਆ, ਇਹ ਸਿੰਗਲ ਤੋਂ ਡਬਲ ਪੰਪ ਹੋ ਗਿਆ, ਡਬਲ ਪੰਪ ਹੋ ਗਿਆ ਵਾਲਾ। ਤੇ ਵਿੱਚ ਹੋਰ ਵੀ ਕੁਛ ਆ? ਨਹੀਂ ਬਾਈ, ਹੋਰ ਤਾਂ ਜਲਦੀ ਲਾਈ ਆ ਵਾਟਰ ਬਾਡੀ ਵੀ, ਦੋ ਫੈਨ ਬੈਲਟਾਂ ਕਰਨ ਵਾਸਤੇ। ਵਾਟਰ ਬਾਡੀ ਬਦਲੀ ਆ? ਹਾਂ ਹਾਂ, ਦੋ ਫੈਨ ਬੈਲਟਾਂ ਕਰਨ ਵਾਸਤੇ, ਦੋ ਫੈਨ ਬੈਲਟਾਂ ਕਰਨ ਵਾਸਤੇ ਵਾਟਰ ਬਾਡੀ ਬਦਲੀ ਆ ਵੀ, ਨਵੇਂ ਮਾਡਲ ਦੀ ਲਾਤੀ ਹੁਣ ਵਾਲੀ। ਨਹੀਂ ਤਾਂ ਫਿਰ ਸਿੰਗਲ 'ਤੇ ਵੀ ਹੋ ਜਾਂਦਾ, ਪਰ ਅਸੀਂ ਉਹ ਕੰਮ ਨਹੀਂ ਕਰਿਆ ਸੀ, ਰਿਜਨਲ ਵਾਲਾ ਕੰਮ ਹੀ ਕਰਿਆ ਵੀ, ਜਿਹੜਾ ਹੁਣ ਨਾਲ ਰਿਜਨਲ ਨਾਲ ਦਾ ਜਿਵੇਂ ਹੁਣ ਅੱਜ ਕੱਲ੍ਹ ਆਉਂਦਾ। ਹਾਂ, ਜਿਵੇਂ 23 ਮਾਡਲ ਹੁਣ ਆਉਂਦਾ ਮੈਂ ਰਿਜਨਲ ਕਰਿਆ ਸਾਰਾ। ਚਲਾਈ 'ਚ ਕਿਵੇਂ ਆ? ਬਹੁਤ ਵਧੀਆ ਸਾਫ਼ ਆ ਬਾਈ, ਡਬਲ ਵਾਂਗੂ ਕੰਮ ਕਰਵਾਇਆ, ਮਿਸਤਰੀ ਬਹੁਤ ਵਧੀਆ ਮਿਸਤਰੀ ਆ ਆਪਣੇ। ਨਾਮ ਮਿਸਤਰੀ ਦਾ? ਖੱਲੜਾਂ ਤੋਂ ਜਸੀਰ, ਡਬਲ ਵੀ ਜਸੀਰ। ਹਾਂ ਹਾਂ, ਜਗਸੀਰ ਗਿਆ, ਡਬਲ ਹੀ ਮਿਸਤਰੀ, ਡਬਲ ਹੀ ਤਾਂ ਕੰਮ ਕਰਾਇਆ ਵੀਰ ਨੇ। ਬੋਲੋ ਮਾੜਾ ਜਿਹਾ ਆਪਾਂ, ਪਹਿਲਾਂ ਦੀ ਲੱਗਿਆ ਕੱਲੀ ਆਪਾਂ, ਸਮਾਨ ਕਿੱਥੋਂ ਲਿਆ ਗਿਆ ਸਾਰਾ? ਡੱਬਲ ਵੀ ਲਿਆ ਸੀ ਬਾਈ, ਡੱਬਲ ਹੀ ਲਿਆ ਸਾਰਾ ਸਮਾਨ। ਟਾਇਰ ਵੀ ਐਕਟਿਵ ਹੋਏ ਆ? ਟਾਇਰ ਵੀ ਹੁਣ, ਪਹਿਲਾਂ ਤਾਂ ਸੀਗੇ ਟਾਇਰ ਤਾਂ ਡੰਗ ਲਾਉਂਦੇ ਸੀ ਅਸੀਂ, ਕਿਤੇ ਰੇਡੀਅਲ ਪਾ ਦਿੰਦੇ, ਇਹਨਾਂ ਨੇ ਪਕੜ ਵੱਧ ਬਣਦੀ ਆ, ਚਲਾਈ ਦਾ ਫਰਕ ਹੈ। ਕਿੰਨਾ ਖਰਚਾ ਗਿਆ ਸਾਰਾ? ਸਾਰਾ ਬਾਈ ਹੁਣ ਇਕੱਲੇ ਪਾਵਰ 'ਤੇ ਤਾਂ 50,000 ਰੁਪਇਆ ਲੱਗ ਗਿਆ, ਕਿਉਂ ਟਾਇਰ ਟੂਰ ਲਾ ਕੇ ਸਾਰਾ ਕੁਛ, ਫਿਰ ਤਾਂ ਲੱਖ ਸਵਾ ਲੱਖ ਦੇ ਨਹੀਂ ਗਿਆ, ਬਣ ਗਿਆ ਨਵਾਂ ਜਮਾ ਜਮਾ। ਮੈਂ ਕਹਿੰਦਾ ਵੀ 23 ਮਾਡਲ ਹੀ ਰੀਸ ਕਰਦਾ। ਚਲੋ, ਜੇ ਕਿਸੇ ਨੇ ਕਰਾਉਣਾ ਹੋਵੇ ਬਾਈ ਤਾਂ ਬਾਈ ਨਾਲ ਸੰਪਰਕ ਕਰਦੇ, ਨੰਬਰ ਵੀ ਦੇਵਾਂਗੇ, ਮਿਸਤਰੀ ਦਾ ਨੰਬਰ ਵੀ ਦੇਵਾਂਗੇ, ਅਤੇ ਡਬਲ ਹੀ ਤੋਂ ਕਰਾਇਆ ਕੰਮ ਸਾਰਾ। ਹਾਂ, ਜਿਹੜੇ ਬਾਈ ਕਹਿੰਦੇ ਆ ਵੀ ਹੁਣ ਨਵਾਂ ਮਾਡਲ ਲਿਆ, ਉਹ ਐਂ ਕਰੋ ਹੁਣ 23 ਮਾਡਲ 'ਤੇ ਬਾਈ ਜਿਹੜੇ ਲਾਈ ਜਾਂਦੇ ਆ 9-10 ਲੱਖ ਰੁਪਇਆ, ਹਾਂ ਇਹ ਜਾਂ ਰਿਜਨਲ ਚੀਜ਼ ਆਪਦੀ, ਉਸੇ 'ਤੇ ਜਮ੍ਹਾਂ 23 ਮਾਡਲ ਦੇ ਮੁਕਾਬਲਾ ਕਰਦਾ ਬਾਈ, ਉਹ ਇੰਜਨ 'ਤੇ ਚਾਬੀ ਨਹੀਂ ਲੱਗੀ, 9 ਮਾਡਲ ਆ, ਕਦੋਂ ਮਰਜ਼ੀ ਬੰਦਾ ਚੈੱਕ ਕਰਾ ਸਕਦਾ ਕਿ। ਠੀਕ ਹੈ। ਪੰਪ 'ਤੇ ਇੰਜਨ ਰਿਜਨਲ ਆ, ਹੋਰ ਕਲੱਚ ਪਲੇਟ 'ਤੇ ਹੋਰ ਮਾੜਾ ਮੋਟਾ ਤਾਂ ਉਹਦਾ ਕੰਮ ਤਾਂ ਹੋ ਹੀ ਜਾਂਦਾ ਬਾਈ, ਚੱਲਣ ਦੇ ਹਿਸਾਬ ਨਾਲ। ਕਟਾਈ ਕਟੂਈ 'ਚ ਵਧੀਆ? ਪੂਰਾ ਵਧੀਆ ਬਾਈ, ਸਾਫ਼ ਜਮਾ, ਕੋਈ ਦਿੱਕਤ ਹੀ ਨਹੀਂ ਆਉਂਦੀ ਯਾਰ। ਫਿਰ ਕੀ ਲੱਗਿਆ ਮਨਦੀਪ ਸਿੰਘ? ਆਹ ਪੰਪ ਬਦਲਣਾ ਪੈ ਗਿਆ ਬਾਈ ਇਹਦਾ, ਪਿਛਲੇ ਆਹ ਪੰਪ ਵੀ ਲਾਉਣਾ ਪਿਆ ਪ੍ਰੈਸ਼ਰ 'ਤੇ ਕਰਨ ਵਾਸਤੇ, ਹਿੱਸਾ ਬਦਲਣਾ ਪੈ ਗਿਆ ਜੀ, ਪਾਈਪਾਂ ਉਪਾਂ ਦੀ ਫੀਟਿੰਗ ਆ, ਟਰਮੀਡੋਲ ਆ, ਸਟੀਅਰਿੰਗ ਵਾਲਾ। ਠੀਕ ਹੈ, ਇਹ ਬਦਲਣਾ ਪਿਆ ਬਸ, ਵੱਟ ਵੱਟ ਦੀ ਵੀ ਬਦਲਣੀ ਪੈਗੀ ਉਹਦਾ ਕਰਕੇ। ਚੱਲ ਦੇਖੋ, ਤਾਂ ਪਰੇ ਪਰੇ ਉੱਪਰੋਂ ਵੀ ਚੇਂਜ ਕਰਨਾ ਪਿਆ ਜੀ, ਆਹ ਇਹਨਾਂ ਦੀ ਫਿਟਿੰਗ ਲਾ ਕੇ 4-5 ਦਿਨਾਂ 'ਚ ਤਾਂ ਇਕੱਲੀ ਪਾਈਪਾਂ ਦੀ ਫਿਟਿੰਗ ਹੀ ਕਰੀ ਆ। ਕਿੰਨਾ ਖਰਚਾ ਆ ਗਿਆ ਸਾਰਾ? 50,000 ਰੁਪਇਆ ਖਰਚਾ। ਚਲਾ ਕੇ ਦਿਖਾ ਇੱਕ ਵਾਰੀ ਫਿਰ ਦੇਖੀਏ, ਇਕੱਲੇ ਪਾਵਰ 'ਤੇ ਬਾਈ ਨੇ ਟਾਇਰ ਵੀ ਨਵੇਂ ਪਵਾ ਦਿੱਤੇ ਸਾਰੇ, ਹੁਣ ਦਿਖਾਉਣੇ ਚਲਾ ਕੇ ਤੁਹਾਨੂੰ ਬਾਈ ਜਾਂਦਾ। ਟਾਇਰ ਪਾ ਦੇ ਬਾਈ ਸਾਰੇ ਬੁੱਕੇ ਨਾ, ਬਹੁਤ ਝਾਈ ਦਾ ਬਹੁਤ ਫਰਕ ਪੈਂਦਾ ਬਾਈ। ਟਾਇਰ
ਜੋ ਬਾਈ ਜੇ ਕਿਸੇ ਨੇ ਕਰਾਉਣਾ ਸੰਪਰਕ ਕਰ ਸਕਦੇ ਹੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਧੰਨਵਾਦ ਬਾਈ। ਠੀਕ ਹੈ ਬਾਈ, ਨੰਬਰ ਵੀ ਦੇ ਦਿਆਂਗੇ ਆਪਾਂ ਮਿਸਤਰੀਆਂ ਦਾ ਬਾਈ, ਜੇ ਕਿਸੇ ਨੇ ਕਰਵਾਉਣਾ ਹੋਵੇ।